दोस्तों पंजाबी सिनेमा फॉर यू ते मैं इकबाल सिंह चाना तुहाडा सारिआं दा स्वागत करदा हाँ। ते अज मैं लैके आया हाँ पंजाबी फिल्म मस्ताने दी समीक्षा। दोस्तों इस तों पहलां कि मैं अपनी समीक्षा शुरू करा, मैं तुहानूं बेनती करांगा कि वीडियो दे हेठां आ जिहड़ी एक घंटी बनी आ इहदे ते तुसीं उंगल ला दिओ। इस तरह करन नाल तुसीं साडे सबसक्राइबर बन जाओगे ते साडे हर वीडियो दी नोटिफिकेशन तुहाडे कोल वीडियो दे अपलोड हुंदिआं ही पहुंच जाया करे। ते दोस्तों मैं तां पंजाबी सिनेमे लई इह बड़ी वधाई वाली खबर कहांगा कि एक बहुत ही वधिया फिल्म मस्ताने दर्शकां दे रूबरू होई है। इहो जिहीआं फिल्मां दी पंजाबी सिनेमे नूं बहुत लोड़ सी ते लोड़ है वी। पिछले 20 सालां तों सिनेमे विच जिहड़ा गंद मंद चल रिहा आ ਉਹ ਲੋਕ ਇਹ ਹੀ ਕਹਿ ਰਹੇ ਸੀ ਵੀ ਜਦ ਚੱਲਦਾ ਹੀ ਇਹ ਆ ਜੀ ਤੇ ਅਸੀਂ ਬਣਾਉਣਾ ਹੀ ਹੈ, ਕਿਉਂਕਿ ਜਦ ਨਚਾਰਾਂ ਤੇ ਗਾਇਕਾਂ ਦੇ ਵੱਸ ਸਿਨੇਮਾ ਪੈ ਜਾਏ ਇਹ ਕੋਸ਼ਿਸ਼ ਹੁੰਦਾ ਆ। ਲੇਕਿਨ ਫਿਲਮ ਇੰਡਸਟਰੀ 'ਚ ਕੁਛ ਸੰਜੀਦਾ ਬੰਦੇ ਵੀ ਹਨ ਜਿਨ੍ਹਾਂ ਵਿੱਚੋਂ ਮੈਂ ਤਰਸੇਮ ਜੱਸੜ ਨੂੰ ਇੱਕ ਸੰਜੀਦਾ ਐਕਟਰ ਮੰਨਦਾ ਹਾਂ। ਹੋਰ ਵੀ ਹਨ ਪਰ ਉਹ ਵੀ ਸੋਚਦਾ ਹੈ ਕਿ ਅਲੱਗ ਤਰ੍ਹਾਂ ਦਾ ਅਤੇ ਕੁਛ ਵਧੀਆ ਸਿਨੇਮਾ ਬਣਨਾ ਚਾਹੀਦਾ ਆ। ਹਾਲਾਂਕਿ ਉਹਦੀਆਂ ਪਿੱਛੇ ਕਈ ਫਿਲਮਾਂ ਨਹੀਂ ਵੀ ਚੱਲੀਆਂ ਪਰ ਉਹਨਾਂ ਫਿਲਮਾਂ ਦੇ ਸਬਜੈਕਟ ਅਲੱਗ ਹੁੰਦੇ ਸੀ ਅਤੇ ਆਮ ਲਕੀਰ ਦੇ ਫਕੀਰਾਂ ਨਾਲੋਂ ਉਹ ਅਲੱਗ ਲਕੀਰ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਅਤੇ ਦੋਸਤੋ ਮਸਤਾਨੇ ਦੀ ਗੱਲ ਕਰੀਏ ਤਾਂ ਹੁਣ ਤੱਕ ਬਹੁਤ ਸਾਰੇ ਰਿਵਿਊ ਆ ਵੀ ਚੁੱਕੇ ਹਨ। ਤੁਸੀਂ ਮੇਰੇ ਸਾਥੀ ਕੁਲਦੀਪ ਸਿੰਘ ਬੇਦੀ ਦਾ ਰਿਵਿਊ ਵੀ ਸੁਣ ਲਿਆ ਹੋਣਾ ਹੈ ਅਤੇ ਹੁਣ ਮੈਂ ਵੀ ਇਸ ਫਿਲਮ ਬਾਰੇ ਆਪਣੀ ਰਾਏ ਪੇਸ਼ ਕਰਾਂਗਾ। ਪਹਿਲੀ ਗੱਲ ਤਾਂ ਇਹ ਕਿ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਅਤੇ ਇਹ ਸ਼ੁਰੂਆਤ ਕਰਨ ਦਾ ਸਿਹਰਾ ਤਰਸੇਮ ਜੱਸੜ ਅਤੇ ਉਸ ਦੀ ਟੀਮ ਦੇ ਸਿਰ ਜਾਂਦਾ ਹੈ। ਫਿਲਮ ਦਾ ਡਾਇਰੈਕਟਰ ਸ਼ਰਨਾਟ ਹੈ, ਫਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਲ ਹਨ, ਉਹਨਾਂ ਦੇ ਨਾਲ ਕੋ ਪ੍ਰੋਡਿਊਸਰ ਵੀ ਹਨ ਜਿਨ੍ਹਾਂ ਵਿੱਚ ਅੰਸ਼ੂ ਮਨੀਸ਼ ਸਾਨੀ ਹੈ ਅਤੇ ਨਾਲ ਹੀ ਕਰਮਜੀਤ ਸਿੰਘ ਜੌਲ ਅਤੇ ਰਾਜਵਿੰਦਰ ਸਿੰਘ ਢਿੱਲੋਂ ਹਨ। ਅਤੇ ਇਹ ਪੂਰੀ ਟੀਮ ਨੂੰ ਮੈਂ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਪੰਜਾਬੀ ਸਿਨੇਮੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਕਰਨ ਦੀ ਹਿੰਮਤ ਕੀਤੀ ਆ ਅਤੇ ਉਹਨਾਂ ਦੀ ਇਹ ਸ਼ੁਰੂਆਤ ਸਾਰਥਕ ਵੀ ਸਿੱਧ ਹੋਵੇਗੀ। ਅਤੇ ਦੋਸਤੋ ਮਸਤਾਨੇ ਇੱਕ ਪੀਰੀਅਡ ਫਿਲਮ ਹੈ। ਇਹ ਉਹ ਪੀਰੀਅਡ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੋਂ ਇੱਕ ਦੌਰ ਆਇਆ ਸੀ ਜਦ ਸਿੱਖਾਂ 'ਤੇ ਜਬਰ ਅਤੇ ਜ਼ੁਲਮ ਦੀ ਇੰਤਹਾ ਹੋਣੀ ਸ਼ੁਰੂ ਹੋ ਗਈ ਸੀ ਔਰ ਉਹਨਾਂ ਨੂੰ ਜੰਗਲਾਂ ਬੇਲਿਆਂ ਵਿੱਚ ਰਹਿ ਕੇ ਆਪਣੀ ਗੁਜ਼ਰ ਬਸਰ ਕਰਨੀ ਪੈਂਦੀ ਸੀ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸਿੱਖਾਂ ਵਿੱਚ ਕੌਮ ਲਈ ਮਰ ਮਿਟਣ ਦਾ ਜਿਹੜਾ ਜਜ਼ਬਾ ਭਰ ਗਏ ਸਨ ਉਹ ਜਜ਼ਬਾ ਹੀ ਇਸ ਫਿਲਮ ਦਾ ਸਕ੍ਰਿਪਟ ਹੈ। ਇਹ ਨਾਦਰ ਸ਼ਾਹ ਦੇ ਦੌਰ ਦੀ ਕਹਾਣੀ ਹੈ ਜਦ ਨਾਦਰ ਸ਼ਾਹ ਨਾ ਕੇਵਲ ਹਿੰਦੁਸਤਾਨ ਵਿੱਚੋਂ ਲੁੱਟ ਖਸੁੱਟ ਕਰਕੇ ਜਾਂਦਾ ਸੀ ਸਗੋਂ ਇੱਥੋਂ ਦੀਆਂ ਖੂਬਸੂਰਤ ਕੁੜੀਆਂ ਔਰਤਾਂ ਨੂੰ ਵੀ ਆਪਣੇ ਨਾਲ ਲੈ ਜਾਂਦਾ ਸੀ ਅਤੇ ਉਸ ਨਾਦਰ ਸ਼ਾਹ ਨੂੰ ਰਸਤੇ ਵਿੱਚ ਸਿੱਖਾਂ ਦਾ ਮੁਕਾਬਲਾ ਕਰਨਾ ਪਿਆ ਅਤੇ ਸਿੱਖ ਉਹਦਾ ਸਮਾਨ ਵੀ ਖੋਹ ਲੈਂਦੇ ਸੀ ਅਤੇ ਬੰਦੀ ਔਰਤਾਂ ਦੀ ਰਿਹਾਈ ਵੀ ਕਰਵਾਉਂਦੇ ਸੀ ਅਤੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਂਦੇ ਸੀ, ਦੁਸ਼ਮਣ 'ਤੇ ਕਹਿਰ ਵਰਤਾ ਦਿੰਦੇ। ਦੋਸਤੋ ਮੈਂ ਫਿਲਮ ਦੇ ਕੁਝ ਹੋਰ ਪੱਖਾਂ ਬਾਰੇ ਵੀ ਗੱਲ ਕਰਾਂਗਾ। ਫਿਲਮ ਦੇ ਡਾਇਰੈਕਟਰ, ਫਿਲਮ ਦੇ ਲੇਖਕ, ਫਿਲਮ ਦੇ ਪ੍ਰੋਡਿਊਸਰਾਂ ਤੋਂ ਬਾਅਦ ਜਿਨ੍ਹਾਂ ਬੰਦਿਆਂ ਦੀ ਮਿਹਨਤ ਇਸ ਫਿਲਮ ਵਿੱਚ ਸਾਹਮਣੇ ਨਜ਼ਰ ਆਉਂਦੀ ਉਹਨਾਂ ਵਿੱਚੋਂ ਇੱਕ ਕ੍ਰੈਡਿਟ ਤਾਂ ਫਿਲਮ ਦੇ ਆਰਟ ਡਾਇਰੈਕਟਰ ਨੂੰ ਜਾਂਦਾ ਆ। ਇਸ ਫਿਲਮ ਵਿੱਚ ਇੱਕ ਨਹੀਂ ਦੋ ਆਰਟ ਡਾਇਰੈਕਟਰ ਹਨ। ਉਹਨਾਂ ਦੇ ਨਾਮ ਅਲੋਕ ਹੈਦਰ ਅਤੇ ਮਰਿੰਦਰ ਦਾਸ ਹਨ। ਲੇਕਿਨ ਉਹਨਾਂ ਨੇ ਕਮਾਲ ਦੀ ਸੈੱਟ ਡਿਜ਼ਾਇਨਿੰਗ ਕੀਤੀ ਆ, ਕਮਾਲ ਦੀ ਮਿਹਨਤ ਕੀਤੀ ਆ। ਹਾਲਾਂਕਿ ਇਹੋ ਜਿਹੇ ਸੈੱਟ ਬਣਾਉਣ 'ਤੇ ਖਰਚਾ ਵੀ ਬਹੁਤ ਹੁੰਦਾ ਆ ਪਰ ਨਾਲ ਕਾਰੀਗਰੀ ਵੀ ਤਾਂ ਨਜ਼ਰ ਆਉਂਦੀ ਹੈ। ਪੂਰੇ ਦੀ ਪੂਰੀ ਫਿਲਮ ਨੂੰ ਇਹ ਸੈੱਟ ਜਿਹੜੇ ਆ ਇਹ ਪੁਰਾਣੇ ਲਾਹੌਰ ਵੱਲ ਲੈ ਜਾਂਦੇ ਹਨ ਅਤੇ ਇੱਦਾਂ ਲੱਗਦਾ ਆ ਜਿੱਦਾਂ ਅਸੀਂ ਲਾਹੌਰ ਦੇ ਕਿਸੇ ਮੁਹੱਲੇ ਵਿੱਚ ਬੈਠੇ ਹੁੰਦੇ। ਅਤੇ ਦੋਸਤੋ ਇਸੇ ਪ੍ਰਸੰਗ ਵਿੱਚ ਮੈਂ ਦੂਜੀ ਗੱਲ ਕਰਾਂਗਾ ਫਿਲਮ ਦੇ ਕੋਸਟਿਊਮ ਡਿਜ਼ਾਈਨਰਾਂ। ਇਹੋ ਜਿਹੀਆਂ ਫਿਲਮਾਂ ਕੋਸਟਿਊਮ ਡਰਾਮਾ ਹੁੰਦੀਆਂ ਹਨ ਅਤੇ ਇਹਨਾਂ ਦੇ ਕੋਸਟਿਊਮ ਬਣਾਉਣੇ ਅਤੇ ਉਹੋ ਜਿਹੇ ਕੋਸਟਿਊਮ ਬਾਰੇ ਖੋਜ ਕਰਨੀ ਇਹ ਵੀ ਇੱਕ ਬਹੁਤ ਵੱਡੀ ਮਿਹਨਤ ਹੁੰਦੀ ਹੈ। ਅਤੇ ਇਸ ਫਿਲਮ ਦੀਆਂ ਕੋਸਟਿਊਮ ਡਿਜ਼ਾਈਨਰ ਸਾਡੀਆਂ ਤਿੰਨ ਬੀਬੀਆਂ ਹਨ। ਇਹਨਾਂ ਦੇ ਨਾਮ ਦੀਪਿਕਾ ਅਗਰਵਾਲ, ਨਿਤਾਸ਼ਾ ਰਾਏ ਅਤੇ ਸਿਮਰਨ ਅਬਰਾਏ ਹਨ। ਕਮਾਲ ਦੇ ਕੋਸਟਿਊਮ ਹਨ। ਉਸ ਵੇਲੇ ਦੇ ਕੋਸਟਿਊਮਸ ਦੀ ਖੋਜ ਕਰਕੇ ਔਰ ਬੜੀ ਮਿਹਨਤ ਨਾਲ ਇਹ ਡਰੈੱਸਾਂ ਤਿਆਰ ਕੀਤੀਆਂ ਗਈਆਂ ਅਤੇ ਨਾਲ ਹੀ ਮੇਕਅਪ ਦਾ ਵੀ ਬੜਾ ਯੋਗਦਾਨ ਹੁੰਦਾ ਆ ਔਰ ਮੇਕਅਪ ਬਹੁਤ ਵਧੀਆ ਆ ਆਰਟਿਸਟਾਂ ਦਾ। ਅਤੇ ਇਸ ਫਿਲਮ ਦੀ ਮੁੱਖ ਮੇਕਅਪ ਆਰਟਿਸਟ ਸਿਮਰਨ ਕੌਰ ਵੀ ਵਧਾਈ ਦੀ ਹੱਕਦਾਰ ਆ। ਅਤੇ ਇਸੇ ਸਿਲਸਿਲੇ ਵਿੱਚ ਮੈਂ ਫਿਲਮ ਦੇ ਐਕਸ਼ਨ ਡਾਇਰੈਕਟਰ ਅਜੇ ਠਾਕਰ ਨੂੰ ਵੀ ਵਧਾਈ ਦੇਵਾਂਗਾ। ਫਿਲਮ ਦਾ ਐਕਸ਼ਨ ਬਹੁਤ ਹੀ ਜੋਸ਼ੀਲਾ ਹੈ। ਹਾਲ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਹਨ। ਹਾਲਾਂਕਿ ਫਿਲਮ ਦੇ ਕਲਾਈਮੈਕਸ ਵਾਲੀ ਫਾਈਟ ਜਿਹੜੀ ਆ
पंज सिंघां दा जद मुकाबला दिखाया जांदा आ मुगलां दे नाल ओह लंबी आ लगभग अद्धे घंटे दी आ पर इन्ना जोश भरदी आ वी लोकी एकदम उस सिचुएशन नाल बजे जांदे हन। फिल्म दी कोरियोग्राफी रिची बर्टन दी है, मतलब डांस डायरेक्टर वह हैं, तो संगीत कई जनिया का आ मिक्स म्यूजिक है। दलेर मेहंदी का गाया गीत गगन दमामा बाजो दिल नू छू लेंदा आ। इस तरह भाई गुरलाल सिंह ते भाई जुगराज सिंह का शब्द पंथ महाराज के बहुत खूबसूरत है। गीत संगीत बैकग्राउंड विच है ते रिची बर्टन ने जिहड़ा डांस भी कराया है वह उस समय की तस्दीक करता है। ये सारे टेक्नीशियन इस अदुत्ती फिल्म लई वधाई दे बहुत बहुत हकदार हैं। दोस्तों एक गल मैं जरूर करांगा भी किते किते स्क्रिप्ट ढिल आया पहले अद्ध विच, हालांकि पहला अद्ध इन्होंने छोटा रखिया आ, पर फिर भी कुछ सीन तसेम जसड़ अते थिमी चाल दे हन वो कोई बहुता बन के नहीं रखते। उत्थे एक फिल्म थोड़ी ढिली ढिली लगती है, पर उस तो बाद जब सैकेंड हाफ शुरू हुंदा आ ते जद पंज मस्करे जिहड़े नकली सिंह बन लई तैयार किए जाते हैं ते जद उन्हां दे दृश्य आउंदे आ तां फिल्म एकदम स्पीड फड़ लैंदी आ ते अंत तक दर्शक फिल्म नाल बज्जिया रहिंदा है। दोस्तों फिल्म विच एक जगह जद सिखां ते मुगलां दा मुकाबला होना आ गुरप्रीत घुग्गी अरदास करदे हन और उस अरदास वेले हाल च जिन्ने भी दर्शक बैठे हुंदे आ वो खड़े हो जाने। ये सिर्फ बंबई विच ही नहीं मैं वेख्या, होर भी बहुत जगह तो यही खबर आ रही आ भी लोकी श्रद्धा नाल सिनेमे विच अरदास वेले सत्कार देन लई अपनियां सीटां तो उठ के खड़े हो जाते। दोस्तों हुण मैं एक्टरां दी गल करांगा। इस फिल्म च सब तो वधिया कम गुरप्रीत घुग्गी दा आ, कमाल दा रोल उहने कीता, पूरी तरह वह रोल विच वड़ गया आ। तरसेम जसर ने प्रेम प्यार वाला रोल कीता आ, लेकिन वह थोड़ा जिहा अजीब लगता है, ना तो वह पूरी तरह वड़ सकिया ते ना ही उन्होंने निभा सकिया। असल च तरसेम जसड़ वह हल्के फुलके सीन्स लई बनिया ही नहीं, खैर ये फिल्म आ इहदे च उन्हों ये करना पिया, लेकिन असली रौं विच जद आउंदा आ ते उही तरसेम जसड़ फिर बल्ले बल्ले करा दिंदा। सिमी चाल ठीक ठाक ही मैं कहूँगा, क्योंकि उसने अपना उच्चारण तो सुधारना नहीं। कई बार एक्टरां नूं ये हो जाता है भी मेहनत करन दी की लोड़ आ, कम चली जाता है, पर वह कम चलाउण वाली आर्टिस्ट ही आ, बस उहदा उच्चारण एक पासे रख लईए तो उदा इस फिल्म विच बहुत वह जचदी आ, रोल वधिया आ। ते हाँ करमजीत अनमोल, बनिंदर बन्नी ते हनी मट्टू ये जिहड़े बाकी दे तीन आर्टिस्ट ने, इन्हां ने भी कमाल का काम किया आ। वो जिदा नकलां लाउण वाले जां होर जिन्नी कु उहनां दी सोच हुंदी आ उह पूरी उहो ही दिखाई आ कि सिख बनना इस लई आ कि सानूं चार पैसे लभ जाणे आ। इह तां उहनां नूं पता ही नहीं हुंदा वी अंत ते साडे नाल वापरना की आ, पर वापरन दी तां छड्डो, जद उहनां विच वी उह अरदास तों बाद स्पिरिट आउंदी आ सिक्खी दी ते उह वी जिदा दुश्मन दे आहू लाउंदे आ, कमाल दा काम है उहनां दा। होर भी कई आर्टिस्ट हन। हुण मुगलां वाले पासे देखो, अवतार गिल दा रोल बहुत वधिया आ, उहदे विच्चों एक बजुर्ग जकरिया खान, उहदे हाव भाव, उहदा बोलन दा स्टाइल, एक बिल्कुल ही बिरध किरदार नूं उहने बड़ा लो प्रोफाइल रखिया आ और उह पूरी तरह जचदा आ। आरफ जकरिया उहदा वजीर बनिया आ, उहदा कम भी बहुत वधिया आ, उहदे हाव भाव वेखण योग हन। राहुल देव नादर शाह बनिया आ, हालांकि उहदा गैटअप अच्छा आ, हाइट वाइट भी वधिया आ, कॉस्ट्यूम भी वधिया आ, पर उहदे विच्चों राहुल देव ही नज़र आउंदा आ, उह पूरी तरह किरदार विच नहीं खुब सकिया। फिर भी अखीरले दृश्यां विच सिखां ते मुगलां दे इस छोटे जिहे घल्लूघारे नूं वेखदा आ ते जो गल्लां बातां करदा आ उन्हां दृश्यां विचों जरूर प्रभावित करदा आ। ते दोस्तों अंत विच मैं यही कहांगा कि पंजाबी दी फिल्म मस्ताने एक वधिया जतन है और ये जतन ही पंजाबी सिनेमे नूं वधिया पासे ले जा सकदा आ। ये पूरे परिवार नाल वेखण योग फिल्म आ, ये तुहानूं अपने बच्चियां नूं नाल ले जा के विखाउणी चाहीदी आ कि अज जिहड़ी सिख कौम सारी दुनिया विच स्थापित है वह किहनां दी कुरबानी सदका इत्थों तक पहुंची है। ये साड़ी विरासत है जिसनों फिल्म विच पेश कीता गया, ते मैं फिल्म दी समुची टीम नूं वधाई दिंदा आ ते दर्शकां नूं अपील करदा आ वी वध तों वध इस फिल्म नूं वेख्या जाए, परिवारां समेत वेख्या जाए। ते अंत विच साडे नाल जुड़े नवें व्यूअर नूं मैं कहांगा कि वह जांदे जांदे आ घंटी ते उंगल ला जाण
ਤਾਂ ਕਿ ਸਾਡੇ ਹਰ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਸਿਰ ਮਿਲਦੀ ਰਹੇ। ਬਹੁਤ ਬਹੁਤ ਧੰਨਵਾਦ।